ਹਾਂਜੀ ਪਹੁੰਚ ਗਏ ਹਾਂ ਮਿੰਨੀ ਗੋਆ। ਪੰਜਾਬ ਦਾ ਅੱਜ ਕੱਲ੍ਹ ਫੇਮਸ ਹੁੰਦਾ ਜਾ ਰਿਹਾ ਵਨ ਡੇ ਸ਼ੋਰਟ ਟ੍ਰਿਪ ਦਾ ਟੂਰਿਸਟ ਸਪੋਟ, ਇਹ ਬੋਟਿੰਗ ਦਾ। ਇੱਥੋਂ ਤੁਸੀਂ ਐਂਟਰ ਕਰਦੇ ਹੋ, ਇਹ ਬੋਟਿੰਗ ਹੋ ਰਹੀ ਹੈ ਅਤੇ ਇਹ ਉੱਪਰ ਰੈਸਟੋਰੈਂਟ ਬਣੇ ਹੋਏ ਨੇ, ਉੱਪਰ ਹੋਟਲ ਬਣਿਆ ਹੋਇਆ ਗੈਸਟ ਹਾਊਸ। ਇਹ ਰਣਜੀਤ ਸਾਗਰ ਡੈਮ ਦਾ ਰਿਜ਼ਰਵ ਏਰੀਆ ਹੈ। ਆਲੇ ਦੁਆਲੇ ਪਹਾੜ ਨੇ ਜਿਸ ਤਰ੍ਹਾਂ ਦੀ ਆਪਾਂ ਐਕਸਪੈਕਟ ਕਰਦੇ ਹਾਂ ਇਸ ਏਰੀਆ ਦੇ ਵਿੱਚ। ਇਹ ਸਾਰਾ ਏਰੀਆ ਜਿੱਥੋਂ ਐਂਟਰੀ ਕਰਦੀ ਆ, ਬੇਸਿਕਲੀ ਇਹ ਚਮਰੌੜ ਝੀਲ ਹੈ, ਅੱਜ ਕੱਲ੍ਹ ਨਵਾਂ ਨਾਂ ਦੇਤਾ ਇਹਨੂੰ ਮਿੰਨੀ ਗੋਆ। ਛੇ ਲੋਨ ਬਣੇ ਹੋਏ ਨੇ ਅਤੇ ਨਾਲ ਨਾਲ ਦੋਨੋਂ ਤਿੰਨੋਂ ਸਾਈਡ ਪਾਣੀ ਆ। ਠੀਕ ਹੈ, ਬਿਲਕੁਲ ਪਹਾੜਾਂ ਦੀ ਸ਼ੁਰੂਆਤ ਜਿੱਥੋਂ ਹੁੰਦੀ ਆ। ਸੋ ਪਠਾਨਕੋਟ ਦੇ ਵਿੱਚ ਧਾਰ ਕਲਾਂ ਤੋਂ ਅੱਗੇ ਆ ਕੇ ਜੋ ਤੁਸੀਂ ਆਉਂਦੇ, ਜੇ ਤੁਸੀਂ ਆ ਰਹੇ ਹੋ ਹਿਮਾਚਲ ਵਾਲੀ ਸਾਈਡ ਤੋਂ ਉੱਧਰੋਂ ਟਰਨ ਲੈਂਦੇ ਹੋ, ਤਕਰੀਬਨ 4-4.5 ਕਿਲੋਮੀਟਰ ਨੀਚੇ ਆ। ਜਦੋਂ ਪਠਾਨਕੋਟ ਵਾਲੀ ਸਾਈਡ ਤੋਂ ਆਉਂਦੇ ਤਾਂ ਉੱਧਰੋਂ ਅਲੱਗ ਤੋਂ ਦੋਨੋਂ ਪਾਸੇ ਅਟੈਚ ਹੋ ਜਾਂਦਾ ਏਰੀਆ। ਸੋਹਣਾ ਏਰੀਆ ਗੁੱਡ ਹੈ। ਮਿੰਨੀ ਗੋਆ ਦੇ ਨਾਮ ਨਾਲ ਫੇਮਸ ਹੋਈ ਇਹ ਝੀਲ। ਰਣਜੀਤ ਸਾਗਰ ਡੈਮ ਦੀ ਜੋ ਹੈ ਮੇਨ ਰਿਜ਼ਰਵ ਏਰੀਆ। ਇਹ ਅਲੱਗ ਅਲੱਗ ਵਿਊ ਇਹਦੇ ਇਹਦੇ ਬਿਲਕੁਲ ਉੱਪਰ ਇੱਥੇ ਵੀ ਬਣੇ ਹੋਏ ਨੇ ਰਹਿਣ ਵਾਸਤੇ ਪਲੇਸਿਸ ਅਤੇ ਖਾਣ ਵਾਸਤੇ ਖਾਣ ਪੀਣ ਵਾਸਤੇ ਚੀਜ਼ਾਂ। ਇਹ ਦੋ ਤਿੰਨ ਸਾਈਡ ਤੋਂ ਤੁਹਾਨੂੰ ਝੀਲ ਨਜ਼ਰ ਆਉਂਦੀ ਆ। ਇਹ ਸਾਈਡ ਝੀਲ ਦੀ ਰੱਖੀ ਗਈ ਆ ਸਪੈਸ਼ਲੀ ਫਾਰ ਬੋਟਿੰਗ ਪਰਪਸ। ਇੱਧਰ ਮਾਡਲਿੰਗ ਚੱਲ ਰਹੀ ਆ, ਇਹ ਮਾਡਲਿੰਗ ਹੋ ਰਹੀ ਆ। ਇੱਧਰ ਦੋ ਤਿੰਨ ਮਾਡਲ ਲੱਗੇ ਹੋਏ ਨੇ ਕਾਲਜਾਂ ਦੇ ਆਉਣ ਵਾਲੀ ਫਿਲਮ ਦੇ ਵਿੱਚ, ਉਹਦੇ ਵਾਸਤੇ ਕਾਸਟਿੰਗ ਵਾਸਤੇ ਪ੍ਰੋਸੈਸ ਚੱਲ ਰਿਹਾ ਸਰ ਕਾਸਟਿੰਗ ਦਾ। ਇਹ ਮੁੰਡਾ ਬਹੁਤ ਤੱਤਾ ਛੇਤੀ ਛੇਤੀ ਮੂਵੀ ਵਾਸਤੇ। ਇਹ ਅੱਗੇ ਪਿੱਛੇ ਸਾਰੇ ਪੋਜ ਦਿੱਤੇ ਨੇ ਸਾਈਡਾਂ ਤੋਂ। ਦੇਖੋ ਪਿੱਛੇ ਗੂਗਲ ਬਾਬਾ ਜੀ ਨੇ, ਉਹ ਬਿਜ਼ੀ ਨੇ ਥੋੜ੍ਹਾ ਜਿਹਾ, ਕਿਸੇ ਦੀ ਪ੍ਰੋਬਲਮ ਸਲਿਊਸ਼ਨ ਦੇ ਰਹੇ ਨੇ ਕਿਸੇ ਦਾ। ਵੈਸੇ ਉਹੀ ਲੈ ਕੇ ਆਉਂਦੇ ਨੇ ਜਗ੍ਹਾ ਸਰ, ਥੈਂਕਸ ਟੂ ਡਾਕਟਰ ਵਰਨ। ਸੋਹਣਾ ਏਰੀਆ, ਬਿਊਟੀਫੁਲ ਏਰੀਆ। ਬਿਊਟੀਫੁਲ ਵਿਊ।
ਇਸ ਏਰੀਆ ਦਾ ਬਹੁਤ ਹੈਵੀ ਆ, ਬਹੁਤ ਇੱਕ ਬੰਦਾ ਨਹੀਂ ਖਾ ਸਕਦਾ, ਬਹੁਤ ਕਲੀਅਰ ਵਾਟਰ ਹੈ। ਅੱਜ ਤਾਂ ਫਿਰ ਬਾਰਿਸ਼ ਹੋਈ ਕਰਕੇ ਥੋੜ੍ਹਾ ਗੰਦਲਾ ਹੋਇਆ ਹੈ, ਜਿਹੜੇ ਪਹਿਲਾਂ ਪਰਸਨ ਆ ਕੇ ਉਹਨਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਇੱਥੋਂ। ਸੋ ਬਿਊਟੀਫੁਲ ਵਿਊ ਹੈ ਇਸ ਏਰੀਆ ਦਾ। ਅਤੇ ਮਾਡਲ ਸਾਹਿਬ ਫਿਰ ਆ ਗਏ, ਬੇਚ ਲਾਗੇ ਇਹ ਦੇ ਵਿਚਾਰ ਦੇ ਯੋ ਯੋ।